श्री विजय कुमार जी मिश्र लागी देखा नाम मिश्र लागी ने प्रत्यार कुमार कर लो कि श्री राम जय राम जय राम कि श्री राम जय राम जय राम मिले या स्वर्ग मिले
Yeah.
ਕਿਸੇ ਕਿਰਪਾ ਨਾਮ ਦੀ ਹੋਈ ਤਾਂ ਜਗਦੀ ਜਾਂ ਪਰਿਵਾਰ ਨੂੰ ਸ਼੍ਰੀ ਵਿਜੇ ਕੁਮਾਰ ਜੀ ਨੂੰ ਸ਼ਰਧਾਂਜਲੀ ਦੇ ਕਰੋ। ਨਾਮ ਦੀ ਸ਼ਰਧਾਂਜਲੀ ਪ੍ਰਤਾਰ ਕੁਮਾਰ ਜੀ ਕਰੋ। ਸ਼੍ਰੀ ਰਾਮ ਜੈ ਰਾਮ ਜੈ ਕਹਿੰਦੇ ਕਿ ਰਾਜਾ ਤੂੰ ਬੋਲੇ ਜ਼ਰੂਰ ਹੈ
मैं अपने छोटे दादे बच्चे मासूम
ਜਿਹਨੂੰ ਪਿਆਰ ਸਮਾਜ ਸਮਝਿਆ ਰਾਹੁਲ ਦਾ ਮੈਂ ਸਾਡੀ ਕਰ ਰਿਹਾ ਪਰ ਮਨ ਦੀ ਆਵਾਜ਼ ਦੇ ਵਿੱਚ ਨਹੀਂ ਆ ਵਿਜੇ ਕੁਮਾਰ ਜੀ ਦੀ ਜ਼ਿੰਦਗੀ ਦੇ ਵਿੱਚ ਬੜੀ ਮਿਹਨਤ ਕੀਤੀ ਬੜੀਆਂ ਭਾਵਿਆਂ ਦਾ ਵਿਆਹ ਕਿਹਾ ਗਿਆ ਔਰ ਉਹਨਾਂ ਨੇ ਆਪਣੀ ਮਿਹਨਤ ਤੋਂ ਨਹੀਂ ਛੱਡਿਆ ਅੱਜ ਪਰਿਵਾਰ ਦੇ ਵਿੱਚ ਸਚਿਨ ਜੀ ਰਾਹੁਲ ਜੀ ਜਿਹਨਾਂ ਨੇ ਪਰਿਵਾਰ ਦੇ ਵਿੱਚ ਬੜੀ ਇੱਜ਼ਤ ਕਮਾਈ ਔਰ ਆਪਣੇ ਕਾਰੋਬਾਰ ਨੂੰ ਬਹੁਤ ਅੱਗੇ ਵਧਾਇਆ ਪਰ ਅੱਗੇ ਵੀ ਮੈਂ ਪ੍ਰਭੂ ਦੇ ਬਾਰੇ ਅਰਦਾਸ ਕਰਦਾ ਕਿ ਇਹਨਾਂ ਦਾ ਕਾਰੋਬਾਰ ਇਸ ਤੋਂ ਜ਼ਿਆਦਾ ਦਿਲ ਨੂੰ ਇਲਾਜ ਹੋ ਨਹੀਂ ਸਕਦੀ ਅੱਜ ਇਸ ਸੰਸਾਰ ਦੇ ਵਿੱਚ ਮੈਂ ਦੇਖ ਰਿਹਾ ਕਾਂਗਰਸ ਦੇ ਆਗੂ ਮਨੋਜ ਅਗਰਵਾਲ ਜੀ ਸਾਡੇ ਕੋਲ ਸੇ ਸੂਬਰ ਐਸ ਕਿਸਮ ਦੇ ਜਿਹਨਾਂ ਦਾ ਸਾਡੀ ਰਿਸ਼ਤੇਦਾਰੀ ਵੀ ਕਹਿੰਦੀ ਆ ਸਰਦਾਰ ਪ੍ਰੀਤਮ ਸਿੰਘ ਅਰੋੜਾ ਜੀ ਫਗਵਾੜੇ ਤੋਂ ਖਾਤਰੇ ਜੀ ਲੀਡਰ ਇਹਨਾਂ ਰਿਸ਼ਤੇਦਾਰੀ ਹਨ ਰਮੇਸ਼ ਗਾਬਾ ਜੀ ਰਾਜ ਕੁਮਾਰ ਜੀ ਔਰ ਸ਼ਾਹਪੁਰ ਤੋਂ ਸ਼੍ਰੀ ਰਾਏ ਦਾਸ ਜੀ ਉਹਨਾਂ ਦੇ ਬੇਟੇ ਜਿਹੜੇ ਐਕਸਪੋਰਟਰ ਹਨ ਹੈਪੀ ਜੀ ਉਹ ਵੀ ਆਏ ਹਨ ਸ਼੍ਰੀ ਰਾਜ ਕੁਮਾਰ ਗਰੋਵਰ ਜੀ ਕਮਲੇਸ਼ ਗਰੋਵਰ ਜੀ ਜਿਹੜੇ ਕੌਂਸਲਰ ਹਨ ਉਹ ਵੀ ਇੱਥੇ ਪਹੁੰਚੇ ਹਨ ਸ਼੍ਰੀ ਸੁਭਾਸ਼ ਜੀ ਅੰਕਲ ਮੇਲ ਵਾਲੇ ਗੁੱਡ ਵੱਡੀ ਤੋਂ ਸੁਭਾਸ਼ ਜੀ ਵੀ ਉਹ ਵੀ ਇੱਥੇ ਪਹੁੰਚੇ ਹਨ ਸ਼੍ਰੀ ਨਰੇਸ਼ ਗਾਬਾ ਜੀ ਜਿਹਨਾਂ ਦੀ ਜ਼ਿੰਮੇਵਾਰੀ ਇੱਥੇ ਪੈਂਦੀ ਹੈ ਸੀ ਏ ਹਨ ਬਹੁਤ ਵੱਡੇ ਜਾਣੇ ਮਾਣੇ ਵਿਅਕਤੀ ਹਨ ਉਹ ਵੀ ਪਹੁੰਚੇ ਹਨ ਸਾਡੇ ਰਾਮ ਪ੍ਰਤਾਪ ਜੀ ਰਮੇਸ਼ ਜੀ ਰੂਪੀ ਜੀ ਜਿਹਨਾਂ ਜਿਹਨਾਂ ਦਾ ਮੈਂ ਨਾਮ ਲੱਭਣ ਦਾ ਇੱਕ ਵਧੇਰੇਗਾ ਔਰ ਮੈਂ ਸਾਰਿਆਂ ਵੱਲੋਂ ਵੀ ਅੱਜ ਵਿਜੇ ਕੁਮਾਰ ਜੀ ਮੈਂ ਜਨਤ ਨਹੀਂ ਕਹੂੰਗਾ ਕਿਉਂਕਿ ਬਹੁਤ ਮੇਰੇ ਤੋਂ ਛੋਟੀ ਉਮਰ ਮੈਂ ਪਰਮਾਤਮਾ ਦੇ ਕੋਲ ਬੇਨਤੀ ਕਰਨੀ ਖਰਾਬ ਹੈ ਇਹ ਪਰਮੇਸ਼ਰ ਪਰਮਾਤਮਾ ਇਸ ਜਿਸ ਉਮਰ ਦੇ ਵਿੱਚੋਂ ਬੜੀ ਛੋਟੀ ਕਿਉਂ ਕਿਉਂਕਿ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਜੀ ਨੇ ਬਾਣੀ ਦੇ ਵਿੱਚ ਲਿਖਿਆ ਕਿ ਮਰਨ ਮਿਠਾ ਮੰਡਲ ਦੇ ਆਏ ਇਨਸਾਨ ਦੇ ਆਪਣੇ ਕਰਮ ਦੇ ਵਿੱਚ ਆਉਂਦਾ ਹੈ ਕਿ ਮਰਨ ਦੀ ਡੇਟ ਪਹਿਲਾਂ ਹੀ ਵਿਚਾਰ ਕਰ ਲੈਂਦੇ ਨੇ ਔਰ ਇੱਕ ਸਵਾਸ ਵੀ ਬੜਾ ਬਾਰ ਘੱਟ ਨਹੀਂ ਪੈਂਦਾ ਬੱਚਿਆਂ ਨੇ ਮੰਮੀ ਮੰਮੀ ਦੇ ਵੱਲ ਹੋਸਪਿਟਲ ਗਿਆ ਪਤਾ ਲੈ ਔਰ ਬੱਚਿਆਂ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਸਾਡੇ ਪੈਸੇ ਜਿੰਨਾ ਮਰਜ਼ੀ ਪੈਸਾ ਲੱਗ ਜਾਵੇ ਸਾਡੇ ਜਿੱਥੇ ਵੀ ਜਾਨ ਬਚਣੀ ਚਾਹੀਦੀ ਨਾਲ ਸਾਡੇ ਰਮੇਸ਼ ਜੀ ਜਿਹਨਾਂ ਦੇ ਖੂਬ ਪਿਆਰ ਕਹਿੰਦੇ ਆ ਉਹ ਇਹਨਾਂ ਦਾ ਬੇਟਾ ਰੋਹਿਤ ਸਾਰਾ ਪਰਿਵਾਰ ਸਾਰਿਆਂ ਨੇ ਹੀ ਪੂਰਾ ਜ਼ੋਰ ਲਾਇਆ ਕਿਸੇ ਤਰੀਕੇ ਦੇ ਨਾਲ ਜਿੰਨਾ ਮਰਜ਼ੀ ਪੈਸਾ ਲੱਗ ਜਾਵੇ ਇਸ ਬਿਮਾਰੀ ਤੋਂ ਰਾਹਤ ਮਿਲੇ ਔਰ ਸਾਡੇ ਵਿਜੇ ਕੁਮਾਰ ਦੀ ਬਚ ਹੈ ਮਗਰ ਜੋ ਪਰਮਾਤਮਾ ਨੂੰ ਮਨਜ਼ੂਰ ਵੀ ਹੁੰਦਾ ਹੈ ਔਰ ਇਸ ਕਰੀਮ ਕੋਈ ਕੰਮ ਨਹੀਂ ਸਕਦਾ ਸਾਨੂੰ ਸੁਭਾਸ਼ ਗੁਸਾਈ ਜੀ ਨੇ ਵੀ ਬੜੇ ਅੱਛੇ ਲਫ਼ਜ਼ਾਂ ਦੇ ਉੱਤੇ ਬੜੇ ਪ੍ਰਸੰਗਾਂ ਦਾ ਵੀ ਦੱਸਿਆ ਹੈ ਕਿ ਇਹ ਘੜੀ ਜਿਹੜੀ ਹੈ ਇਸ ਮੌਤ ਨੂੰ ਨਹੀਂ ਪਟਾ ਸਕਦਾ ਔਰ ਇਹਨੂੰ ਇੱਕ ਸਵਾਸ ਵੀ ਜਿਹੜਾ ਬਾਪੂ ਨਹੀਂ ਮਿਲਦਾ ਠੀਕ ਹੈ ਦੱਸਿਆ ਮੈਂ ਸ਼ਰਧਾਂ ਨਹੀਂ ਦੇ ਸਕਦਾ ਉਸ ਬੱਚੇ ਨੂੰ ਮੈਂ ਸਿਰਫ ਪਰਮਾਤਮਾ ਦੇ ਕੋਲ ਅਰਥ ਕਰ ਸਕਦਾ ਕਿ ਇਹ ਪਰਮੇਸ਼ਰ ਪਰਮਾਤਮਾ ਸਾਡੇ ਉਸ ਵਿਜੇ ਕੁਮਾਰ ਜੀ ਕੋਲੋਂ ਅਗਰ ਜਾਣੇ ਅਚਾਨਕ ਕੋਈ ਵੀ ਗਲਤੀ ਹੋ ਗਈ ਹੋਵੇ ਉਹਨੂੰ ਮਾਫ਼ ਕਰੀ ਉਹਨੂੰ ਜਨਮ ਮਨ ਦੇ ਚੱਕਰ ਤੋਂ ਖਤਮ ਕਰੀ ਔਰ ਆਪਣੇ ਜਨਤ ਰੱਖੀ ਮੈਂ ਹੁਣ ਬਾਕੀ ਸਾਰੇ ਆਪਣੇ ਮਾਫ਼ੀ ਮੰਗ ਰਿਹਾ ਹਾਂ ਕਿਉਂਕਿ ਸ਼ੋਕ ਪ੍ਰਸਤਾਵ ਆਏ ਹਨ ਸ਼ਸ਼ੀਰ ਰਿੰਕੂ ਜੀ ਇੱਥੇ ਦੇ MLA ਸਾਹਿਬ ਉਹਨਾਂ ਦੇ ਆਦਰਸ਼ ਸੀ ਉਹਨਾਂ ਨੂੰ ਬਹੁਤ ਜ਼ਰੂਰੀ ਕੰਮ ਪੌਦੇ ਕੱਢ ਕੇ ਉਹਨਾਂ ਨੇ ਸ਼ੋਕ ਪ੍ਰਸਤਾਵ ਭੇਜਿਆ ਹੈ ਬਹੁਤ ਵੱਡੇ ਸ਼ੋਕ ਕੇ ਪਰ ਐਕਸਪ੍ਰੈਸ਼ਨ ਦੇ ਪ੍ਰਕਾਸ਼ ਸਾਹਿਬ ਬੀਜਮ ਜੀ ਉਹ ਵੀ ਇੱਥੇ ਆਏ ਹਨ ਵਿਜੇਂਦਰ ਜੀ ਕੁਮੇਰ ਜੀ ਸਾਰੇ ਨਰੇਸ਼ ਜੀ ਗੁਰਪੁਰ ਜੀ ਸਾਰਿਆਂ ਲੱਗੀ ਜੀ ਸਾਰਿਆਂ ਵੱਲੋਂ ਹੀ ਮੈਂ ਸਾਡਾ ਪ੍ਰਵੇਸ਼ ਕਰਨ ਵਾਲਾ ਸ਼ੋਕ ਪ੍ਰਸਾਵ ਆਇਆ ਹੈ ਦੈਨ ਸਵੇਰਾ ਤੋਂ ਸਾਡੇ ਸ਼ੀਤਲ ਜੀ ਜਿਹੜੇ ਕਿ ਦੇਵ ਤਲਾ ਮੰਦਰ ਦੇ ਪ੍ਰਧਾਨ ਨੂੰ ਭੇਜੀ ਹੈ ਔਰ ਦੈਨ ਸਵੇਰਾ ਦਾ ਜੀ ਉਹਨਾਂ ਦਾ ਵੀ ਸ਼ੋਕ ਪ੍ਰਸਾਵ ਆਇਆ ਹੈ
ਵੀ ਕਰਿਆਨਾ ਸਟੇਸ਼ਨ ਦੇ ਜੋ ਵੀ ਸ਼ੋਕ ਪ੍ਰਸਤਾਵ ਆਇਆ ਹੈ ਅਤੇ ਨਰੇਸ਼ ਕੁਮਾਰ ਦੇ ਪ੍ਰਸਤਾਵ ਵੀ ਹੈ ਵੀ ਉਹ ਵੀ ਇੱਥੇ ਆਏ ਹਨ ਬਹੁਤ ਬਹੁਤ ਧੰਨਵਾਦ ਹੈ ਔਰ ਇੱਕ ਸ਼ੋਕ ਪ੍ਰਸਤਾਵ ਐਮ ਐਲ ਏ ਸਾਹਿਬ ਜਿੰਦਰ ਬੇਦੀ ਜੀ ਔਰ ਉਹਨਾਂ ਦੇ ਘਰੋਂ ਫੇਵਰਾ ਰਾਣੀ ਜੀ ਜਿਹੜੇ ਕੌਂਸਲਰ ਉਹਨਾਂ ਦੇ ਵੀ ਉਹਨਾਂ ਵੱਲੋਂ ਇੱਕ ਸ਼ੋਕ ਪ੍ਰਸਤਾਵ ਆਇਆ ਹੈ ਬਹੁਤ ਬਹੁਤ ਧੰਨਵਾਦ ਹੈ ਔਰ ਜਿਹਨਾਂ ਦੇ ਸੱਚਾ ਦਾ ਮੈਂ ਨਾਮ ਨਹੀਂ ਲੈ ਸਕਿਆ ਕਿਉਂਕਿ ਟਾਈਮ ਘੱਟ ਹੈ ਮੈਂ ਸਾਰੇ ਪ੍ਰਸ਼ਨਾਂ ਨੂੰ ਮੰਗਾ ਹੋਇਆ ਆਖਿਰ ਦੇ ਵਿੱਚ ਸਾਡੇ ਬੈਠੀ ਜੀ ਆਏ ਹਨ ਸਾਰਿਆਂ ਦਾ ਪ੍ਰਵੀਨ ਜੀ ਔਰ ਸਾਡੇ ਕੁੰਭ ਪ੍ਰਕਾਸ਼ ਜੀ ਸਾਰੇ ਵੱਲੋਂ ਹੀ ਮੈਂ ਭਗਵਾਨ ਦੇ ਅੱਗੇ ਪ੍ਰਾਰਥਨਾ ਕਰਦਾ ਔਰ ਆਖਿਰ ਦੇ ਵਿੱਚ ਸਾਡੇ ਇਲਾਕਾ ਦੇ ਸੀਨੀਅਰ ਡਿਪਟੀ ਮੇਅਰ ਸਾਹਿਬ ਦਾ ਕਮਲ ਜੀ ਸਿੰਘ ਜੀ ਭਾਟੀਆ ਜਿਹਨਾਂ ਦਾ ਪਰਿਵਾਰ ਜਿਹੜਾ ਬਹੁਤ ਪਿਆਰ ਹੈ ਉਹ ਪਰਿਵਾਰ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਓ ਔਰ ਪਰਿਵਾਰ ਵੱਲੋਂ ਕੁਛ ਦਾਨ ਵੀ ਉਹਨਾਂ ਦੇ ਨਾਮ 'ਤੇ ਕੱਢਿਆ ਹੈ ਉਹ ਗੁਪਤ ਹੈ ਉਹ ਪਰਿਵਾਰ ਆਪਣੇ ਆਪ ਬਿਠਾਏ ਹਨ ਔਰ ਸਾਰਿਆਂ ਦਾ ਆਇਆ ਦਾ ਬਹੁਤ ਬਹੁਤ ਧੰਨਵਾਦ ਹੈ ਉਹ ਤੁਹਾਡੇ ਕਮਲ ਸਿੰਘ ਜੀ ਭਾਟੀਆ ਸੀਨੀਅਰ ਡਿਪਟੀ ਮੇਅਰ ਸਾਡੇ ਬਹੁਤ ਮਿੱਤਰ ਹਨ ਔਰ ਇਸ ਪਰਿਵਾਰ ਨਾਲ ਮੇਰਾ ਬੜਾ ਪਿਆਰ ਹੈ ਮੈਂ ਉਹਨਾਂ ਨੂੰ ਪ੍ਰਾਰਥਨਾ ਕਰੂੰਗਾ ਪੰਡਿਤ ਸੁਭਾਸ਼ ਗੁਸਾਈ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਵਿਜੇ ਕੁਮਾਰ ਜੀ ਨੇ ਭੇਜਿਆ ਜਿਹਨਾਂ ਨੂੰ ਅਸੀਂ ਸਾਰੇ ਸ਼ਰਧਾ ਦੇ ਤੌਰ 'ਤੇ ਕਰ ਰਹੇ ਹਾਂ ਸ਼ਸਤਰ ਚੱਲਦਾ ਹੈ ਵਿਧੀ ਪਤੀ ਦਾ ਹੋਵੇਗਾ ਉਸ ਵਿਧੀ ਦੇ ਬਦਲਾਵ ਨੂੰ ਕੋਈ ਉਠਾ ਨਹੀਂ ਸਕਦਾ ਕੋਈ ਖਤਮ ਨਹੀਂ ਕਰ ਸਕਦਾ ਬਹੁਤ ਹੀ ਗਲਤ ਸਹੀ ਪਰ ਨੁਕਸਾਨ ਦੇ ਜਾਣ ਤੋਂ ਬਾਅਦ ਉਸਦੇ ਚਿੰਤੇ ਕਰ ਸਮਾਜ ਪ੍ਰਤੀ ਉਸਦਾ ਰੁਪਈਆ ਸਮਾਜ ਦੇ ਪ੍ਰਤੀ ਉਸਦੀ ਲੇਟਾ ਔਰ ਉਸ ਤੋਂ ਲਗਾਏ ਹੋਏ ਬੂਟੇ ਉਸਦੀ ਪ੍ਰਫੁਲਤ ਕਰਵਾਈ ਇਹ ਬਾਕੀ ਸਭ ਕੁਛ ਰਹਿ ਜਾਂਦਾ ਹੈ ਰੇਜਾ ਸਾਹਿਬ ਜਿਹਨਾਂ ਦੇ ਹਜੇ ਜਾਣ ਦੀ ਉਮਰ ਨਹੀਂ ਸੀ ਪਿਛਲਾ ਖੰਡ ਵਾਲੇ ਜਿਹੜੇ ਸਾਡੇ ਧਾਰਮਿਕ ਆਗੂ ਵੀ ਹਨ ਉਹਨਾਂ ਨੇ ਪ੍ਰਸਤਾਵ ਦੇ ਨਾਲ ਵਿਜੇ ਕੁਮਾਰ ਜੀ ਜੀਵਨ ਬਾਰੇ ਦੱਸਿਆ ਪਰ ਮੈਂ ਸਮਝਦਾ ਕਿ ਜਾਣਾ ਭਾਵੇਂ ਹਰ ਵਿਅਕਤੀ ਨੇ ਹੈ ਬਹੁਤ ਹੀ ਵੱਡਾ ਸਹੀ ਹੈ ਪਰ ਜ਼ਿਆਦਾ ਲਾ ਕੇ ਸੋਤਕ ਜਾਣੇ ਕੌਣ ਜਾਣੇ ਵੀ ਪੜ੍ਹਾਈ ਜਿਸ ਪਰਿਵਾਰ ਦੇ ਵਾਪਰਦਾ ਹੈ ਜਿਸ ਪਤਨੀ ਦੇ ਸਿਰ ਤੋਂ ਸਾਡੇ ਸਰਕਾਰ ਨੂੰ ਭਾਗੀ ਕਿਰਪਾਲਾ ਜੀ ਜਿਹਨਾਂ ਦੇ ਸਿਰ ਤੋਂ ਅਗੀ ਦਾ ਸਹਾਇਆ ਹੋ ਗਿਆ ਉਹਨਾਂ ਦੇ ਦੋਵੇਂ ਬੇਟੇ ਸਚਿਨ ਔਰ ਰਾਹੁਲ ਜੀ ਜਿਹਨਾਂ ਦੇ ਸਿਰ ਤੋਂ ਬਾਪ ਦਾ ਸਹਾਇਆ ਹੋ ਗਿਆ ਬੇਟੇ ਸਿਰ ਤੋਂ ਸਹਾਇਆ ਹੋ ਗਿਆ ਉਹਨਾਂ ਨੂੰ ਦਿਲਾਸਾ ਦੇਣਾ ਸਮਝਾਉਣਾ ਬਹੁਤ ਔਖਾ ਹੈ ਪਰ ਫਿਰ ਵੀ ਅਸੀਂ ਪੰਜਾਬੀ ਇਨਸਾਨ ਹਾਂ ਕੁਛ ਕਰ ਨਹੀਂ ਸਕਦੇ ਕਿਉਂਕਿ ਗੁਰਬਾਣ ਚੱਲਦਾ ਹੈ ਜਿਸ ਸਾਹਿਬ ਸੇ ਹੁਣ ਜਿਸ ਸਾਹਿਬ ਸੇ ਨਹੀਂ ਜ਼ਿਆਦਾ ਤਾਂ ਉਹ ਕੀ ਜੇ ਸਦਰ ਮਸਕਰਾ ਉਸ ਪੀੜ੍ਹੀ ਦੇ ਬਣਾਉਣ ਲਈ ਸਮਾਨ ਸਿਰ ਤੁਮਾਰਾ ਹੈ ਮੈਂ ਜ਼ਿਆਦਾ ਨਾ ਕਹਿ ਕੇ ਕਿਉਂਕਿ ਵਿਜੇ ਬਾਬੂ ਜੀ ਜਿਸ ਤਰ੍ਹਾਂ ਪੰਡਿਤ ਸੁਭਾਸ਼ ਗੁਸਾਈ ਜੀ ਨੇ ਦੱਸਿਆ ਕਿ ਰਮੇਸ਼ ਸ਼ਰਮਾ ਜੀ ਜਿਹੜੇ ਜ਼ਿਲ੍ਹਾ ਦੇ ਨਹੀਂ ਪੂਰੇ ਭਾਰਤ ਵਰਸ ਦੇ ਪ੍ਰਸਿੱਧ ਇੰਡਸਟਰੀ ਸਨ ਉਹਨਾਂ ਦੇ ਨਾਲ ਦੋ ਡਿਸਟ੍ਰੀਬਿਊਟਰ ਸੇਵਾ ਕਰ ਰਹੇ ਸਨ ਔਰ ਰਮੇਸ਼ ਸ਼ਰਮਾ ਜੀ ਨੇ ਇੱਕ ਪਰਿਵਾਰਕ ਜ਼ਿੰਮੇਵਾਰੀ ਨੂੰ ਵਧਿਆ ਵੈਸੇ ਮੈਂ ਇਹਨਾਂ ਦੇ ਸੁਭਾਸ਼ਕ ਹੈ ਭਾਵੇਂ ਬਸਤੀਆਂ ਤੋਂ ਅੱਜ ਛੱਡ ਕੇ ਚਲੇ ਗਏ ਪਰ ਮੈਨੂੰ ਪਤਾ ਬਸਤੀ ਦਾ ਕੋਈ ਵੀ ਜ਼ਰੂਰਤਮੰਦ ਵਿਅਕਤੀ ਜਿਸ ਨੂੰ ਅੱਜ ਵੀ ਬਸਤੀ ਦੇ ਵਿੱਚ ਕੋਈ ਲੜਕੀ ਦੀ ਸ਼ਾਦੀ ਦੀ ਲੋੜ ਪੈ ਜਾਏ ਕੋਈ ਗਰੀਬ ਪਰਿਵਾਰ ਵਿਧਵਾ ਦੀ ਲੋੜ ਪੈ ਜਾਏ ਰਮੇਸ਼ ਸ਼ਰਮਾ ਜੀ ਉਹ ਸਾਡੇ ਭਾਬੀ ਜੀ ਪੂਰਾ ਪਰਿਵਾਰ ਉਸ ਪਰਿਵਾਰ ਦੀ ਹਮੇਸ਼ਾ ਸੇਵਾ ਕਰਦਾ ਹੈ ਔਰ ਇਹੀ ਜ਼ਿੰਮੇਵਾਰੀ ਉਹਨਾਂ ਨੇ ਵਿਜੇ ਬਲਰੇਜਾ ਦੇ ਵਿੱਚ ਵਾਸਤੇ ਨਿਭਾਈ ਇੱਕ ਪਰਿਵਾਰਕ ਰਿਸ਼ਤਾ ਨਿਭਾਇਆ ਭਰਾਵਾਂ ਵਾਲਾ ਰਿਸ਼ਤਾ ਨਿਭਾਇਆ ਇਹਨਾਂ ਨੇ ਕੋਈ ਹੋਰ ਡਿਸਟ੍ਰੀਬਿਊਟਰ ਰਿਸ਼ਤਾ ਨਹੀਂ ਨਿਭਾਇਆ ਪਰਿਵਾਰਕ ਔਰ ਡਿਸਟ੍ਰੀਬਿਊਟਰ ਵਾਲਾ ਰਿਸ਼ਤਾ ਨਹੀਂ ਨਿਭਾਇਆ ਅੱਜ ਵੀ ਮੈਂ ਦੇਖ ਰਿਹਾ ਮੈਨੂੰ ਸਵੇਰ ਦਾ ਫੋਨ ਆਇਆ ਕਿ ਵਿਜੇ ਬਾਬੂ ਨਹੀਂ ਰਹੇ ਅਤੇ ਤੁਸੀਂ ਆ ਕੇ ਪਰਿਵਾਰ ਨੂੰ ਧੰਨਵਾਦ ਕਰਨਾ ਹੈ ਇਹ ਆਪਣਾ ਕੰਮ ਹੁੰਦਾ ਹੈ ਕਿਹੜਾ ਬਹੁਤ ਸੋਹਣਾ ਹੈ ਹਰ ਬੰਦਾ ਦਿਖਾਵਾ ਕਰ ਲੈਂਦਾ ਹੈ ਪਰ ਜਿਸਦਾ ਹਿੱਤ ਹੁੰਦਾ ਹੈ ਜਿਸ ਨੂੰ ਪਿਆਰ ਹੁੰਦਾ ਹੈ ਜਿਹਦਾ ਸਨੇਹ ਹੁੰਦਾ ਹੈ ਉਹੀ ਇਹ ਜ਼ਿੰਮੇਵਾਰੀ ਨਿਭਾਉਂਦਾ ਹੈ ਅੱਜ ਮੈਂ ਦੇਖ ਰਿਹਾ ਸਮਾਜ ਦਾ ਇੱਕ ਬਹੁਤ ਵੱਡਾ ਵਰਗ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਮੈਂਬਰ ਬਣ ਕੇ ਕਿਉਂਕਿ ਕਿਹਾ ਜਾਂਦਾ ਖੁਸ਼ੀ ਦੇ ਮੌਕੇ ਦੇ ਵਿੱਚ ਸ਼ਰੀਕ ਹੁੰਦੇ ਹਾਂ ਖੁਸ਼ੀ ਵਧੀ ਹੈ ਦੁੱਖ ਦੀ ਘੜੀ ਦੇ ਵਿੱਚ ਦੁੱਖ ਭਾਵੇਂ ਖਤਮ ਨਹੀਂ ਹੋਣਾ ਪਰ ਤੁਹਾਡੇ ਸਾਰਿਆਂ ਦੇ ਆਉਣ ਦੇ ਨਾਲ ਪਰਿਵਾਰਕ ਮੈਂਬਰ ਬਣ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਦੁੱਖ ਜ਼ਰੂਰ ਘਟੇਗਾ ਪਰ ਆਤਮ ਕਰ
ਔਰ ਮਹਿਸੂਸ ਹੋਏਗਾ ਮੈਂ ਬੱਚਿਆਂ ਕਿ ਸਾਡੇ ਨਾਲ ਸਮਾਜ ਖੜਾ ਹੈ। ਜਿੱਥੇ ਰਕੇਸ਼ ਬਾਬੂ ਜੀ ਰਕੇਸ਼ ਸ਼ਰਮਾ ਜੀ ਖੜੇ ਹਨ ਉੱਥੇ ਪੂਰਾ ਸਮਾਜ ਇਹਨਾਂ ਦੇ ਨਾਲ ਇਹਨਾਂ ਜੀ ਬੈਠੇ ਖੜਾ ਹੈ। ਮੈਂ ਦੇਖ ਰਿਹਾ ਬਹੁਤ ਸਾਰੇ ਨਾਮ ਸ਼੍ਰੀ ਕਿਸ਼ਨ ਰਾਮ ਜੀ ਖੜ ਵਾਲੇ ਨੇ ਦੱਸੇ ਹਨ ਕਿ ਬਹੁਤ ਸਾਰੀਆਂ ਸ਼ਖਸੀਅਤਾਂ ਧਾਰਮਿਕ ਤੌਰ 'ਤੇ ਸਮਾਜਿਕ ਤੌਰ 'ਤੇ ਪਰਿਵਾਰਕ ਤੌਰ 'ਤੇ ਪਰਿਵਾਰਾਂ ਨੂੰ ਵਡਾਈਆਂ ਵਡਾਈਆਂ। ਉਹਨਾਂ 'ਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪਵਨ ਗੁਪਤਾ ਜੀ ਸਮਾਜ ਦੇ ਸੇਵਕ ਵੀ ਹਨ ਉਹ ਵੀ ਬੈਠੇ ਹਨ। ਸ਼ਿਵਾਜ ਚੋਪੜਾ ਜੀ ਸਾਡੇ ਵੱਡੇ ਵੀਰ ਉਹ ਵੀ ਮੈਂ ਸੁਣਿਆ ਪਰਿਵਾਰਕ ਮੈਂਬਰ ਹਨ। ਸ਼ਿਵੀ ਗਲਾਇਆ ਜੀ ਬੈਠੇ ਹਨ ਸੰਜੀਵ ਸਵਰੀਆ ਜੀ ਧਾਰਮਿਕ ਸਾਡੇ ਆਗੂ ਹਨ। ਔਰ ਵਿਸ਼ੇਸ਼ ਤੌਰ 'ਤੇ ਅੱਜ ਰਜਿੰਦਰ ਗਿਰੀ ਜੀ ਜਿਹੜੇ ਇਸ ਹਫ਼ਤੇ ਦੇ ਵਿਧਾਇਕ ਨੇ ਔਰ ਸ਼ਸ਼ੀਰ ਰਿੰਕੂ ਜੀ ਜਿਹਨਾਂ ਦਾ ਇਸ ਪਰਿਵਾਰ ਦੇ ਨਾਲ ਬਹੁਤ ਮੇਲ ਭਾਵ ਹੈ। ਫਿਰ ਸ਼੍ਰੀ ਰਾਜਾ ਜੀ ਜਗਦੀਸ਼ ਰਾਜਾ ਜੀ ਅੱਜ ਇਹ ਸ਼ਹਿਰ ਤੋਂ ਬਾਹਰ ਹੋ ਗਏ ਹੋ ਕਰਕੇ ਜਿਹਨਾਂ ਵੱਲੋਂ ਸ਼ੋਕ ਪਤਾ ਪਾਇਆ ਪਰ ਪਰਿਵਾਰ ਦੇ ਨਾਲ ਅਧੀਨ ਕਰ ਲਈ ਹੈ। ਔਰ ਬਹੁਤ ਸਾਰੀਆਂ ਆਪਾਂ ਦੇਖ ਰਹੇ ਹਾਂ ਗੁਪਤਾ ਸਾਹਿਬ ਬੈਠੇ ਨੇ ਜੋ ਇਹਨਾਂ ਦੀ ਹੋਲਸੇਲ ਮਾਰਕੀਟ ਪਿਛਲਾ ਫੰਡ ਜੀ ਫੰਡ ਵਾਲੇ ਦੇ ਨਾਲ ਸਾਰੀ ਹੋਲਸੇਲ ਮਾਰਕੀਟ ਦੇ ਸਾਰੇ ਸਾਡੇ ਭਾਈ ਬੈਠੇ ਨੇ ਔਰ ਬਹੁਤ ਸਾਰੀਆਂ ਹੋਰ ਸਕੀਮਾਂ ਜਿਹਨਾਂ ਦੇ ਨਾਮ ਮੈਂ ਸਮਝਿਆ ਕਹਿਣਗੇ। ਮੈਂ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਧੰਨਵਾਦ ਕਰਦਾ ਹਾਂ ਇਸ ਪਰਿਵਾਰ ਵੱਲੋਂ ਪਤਰੀਕਾ ਪਰਿਵਾਰ ਵੱਲੋਂ ਜਿਹੜੇ ਵੀ ਅਮਿਤ ਜੀ ਬੈਠੇ ਨੇ ਜਿਹੜੇ ਮੈਨੀ ਸਾਹਿਬ ਸਾਡੇ ਗੁਰੂ ਗ੍ਰੰਥ ਦਾ ਆਗੂ ਹਨ ਖੱਟਾ ਸਾਹਿਬ ਬੈਠੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਬੈਠੀਆਂ ਨਾਮ ਬਹੁਤ ਸਾਰੇ ਰਹਿ ਜਾਂਦੇ ਗਲੋਬਲ ਪਰਿਵਾਰ ਜਿਹਦੀ ਇਸ ਪਰਿਵਾਰ ਦੇ ਨਾਲ ਬਹੁਤ ਦੇਰ ਪਾ ਰਿਹਾ ਸਾਡੇ ਬਾਬੂ ਜੀ ਰਮੇਸ਼ ਗਰੋਵਰ ਜੀ ਸ਼੍ਰੀ ਰਾਜ ਗਰੋਵਰ ਜੀ ਸਾਡੇ ਵੱਡੇ ਵੀਰ ਬਿੱਟੂ ਗਰੋਵਰ ਜੀ ਦਾ ਸਮੁੱਚਾ ਗਲੋਬਲ ਪਰਿਵਾਰ ਔਰ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਜੋ ਬੈਠੀਆਂ ਜਿਨ੍ਹਾਂ ਦੇ ਨਾਮ ਹੋ ਸਕਦਾ ਗਤੀ ਦੇ ਨਾਲ ਇਸ ਰਾਸ਼ ਦੇ ਵਿੱਚ ਨਾਮ ਲਏ ਜਾ ਸਕਦੇ ਹੋ। ਮੈਂ ਉਹਨਾਂ ਵੱਲ ਵੀ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪਰਿਵਾਰ ਦਾ ਅੰਗਰੇਜ਼ਾ ਪਰਿਵਾਰ ਦਾ ਔਰ ਸ਼੍ਰੀ ਵਿਜੇ ਸ਼ਰਮਾ ਜੀ ਦੇ ਪਰਿਵਾਰ ਦੇ ਨਾਲ ਲੋਕ ਸਾਂਝਾ ਕਰਵਾਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ ਸ਼ਾਂਤੀ ਓਮ। ਇਹ ਬੇਨਤੀ ਹੈ ਕਿ ਪਰਿਵਾਰ ਵੱਲੋਂ ਹੁਕਮ ਹੈ ਬੇਨਤੀ ਹੈ ਕਿ ਥੱਲੇ ਖਾਣੇ ਦਾ ਪ੍ਰਬੰਧ ਵੀ ਹੈ ਚਾਹ ਦਾ ਪ੍ਰਬੰਧ ਵੀ ਹੈ ਸਾਰੀ ਸੰਗਤ ਖਾਣਾ ਔਰ ਚਾਹ ਸਕੇ ਜਾਏ ਸਾਰੀ ਸੰਗਤ ਦਾ ਦੁਆਰਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ 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 ਓਮ। ਆਪਣੇ ਇਸ਼ਟ ਦੇਵ ਨੂੰ ਯਾਦ ਕਰੋ ਰਾਜੀ ਓਮ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰਾ ਗੁਰੂ ਨੂੰ ਸਾਕਸ਼ਾਤ ਬਲਵੰਤ ਤਸਮੇ ਸ਼੍ਰੀ ਗੁਰਦੇਵਾਏ ਨਮਸਤੇ ਹਰੀ ਓਮ ਸਸਤੀ ਨਾ ਇੰਦਰਸ਼ਾ ਸਸਤੀ ਨਾ ਪੁਰਖਾ ਵਿਸ਼ਵ ਵੇਦਾ ਸਸਤੀ ਨਸਤਾਕਸ਼ਰ ਵੈਸ਼ਨਵੀ ਸਸਤੀ ਨੋ ਬ੍ਰਸਪਤਿ ਨਿਗਾਦੋ ਓਮ ਪਿਆ ਪ੍ਰਿਥਵੀ ਸ਼੍ਰੀ ਸ਼ੁਕਰ ਵਿਖੇ ਪ੍ਰਧਾ ਬ੍ਰਸਰੀ ਪ੍ਰਦੇਸ਼ਾ ਸੁਰਤੀ ਮਹਿਮਾ ਓਮ ਵਿਸ਼ਨੂੰ ਦਨਾਤਮਾ ਸ਼੍ਰੀ ਵਿਸ਼ਨੂੰ ਸ਼ੇਰ ਸ਼੍ਰੀ ਵਿਸ਼ਨੂੰ ਧਰਮ ਵੈਸ਼ਨੂੰ ਮਸੀਤ ਵਿਸ਼ਨੂੰ ਵੇਦ ਮਹਾ ਅਗਨੀ ਦੇਵਤਾ ਵਾਸੋ ਦੇਵਤਾ ਸੂਰਿਓ ਦੇਵਤਾ ਚੰਦਮੋ ਦੇਵਤਾ ਵਸਵੋ ਦੇਵਤਾ ਰੁਦਰੋ ਦੇਵਤਾ ਦਿੱਤਿਆ ਦੇਵਤਾ ਮਾਨੁਤੋ ਦੇਵਤਾ ਵਿਸ਼ਵ ਦੇਵਾ ਦੇਵਤਾ ਦੇਵਤਾ ਓਮ ਗਣਾਨੰਦਾਚੇ ਪ੍ਰਵੇਸ਼ ਨਿਰਮੈ ਸੰਗਰਾਮੇ ਸੰਗਤ ਕੀਰਤ ਸਚੇ ਜੈ ਸ਼੍ਰੀ ਕ੍ਰਿਸ਼ਨ। ਸਚਿਨ ਚਾਰ ਵਾਰੀ ਸਿਰਫ ਪੁੱਛੇ ਪੁਸ਼ਪਾਣੀ ਸਮਰਪਿਆਮਿ ਨੈਵੇਦਯਮ ਸਮਰਪਿਆਮਿ ਦਰਸ਼ਾਮਿ ਦਕਸ਼ਿਣਾ ਪ੍ਰਦਕਸ਼ਿਣਾ ਜੈ ਸ਼੍ਰੀ ਕ੍ਰਿਸ਼ਨ। ਰਾਜਾ ਰਾਮ ਮਹਾਬਲਾ ਤੁਸੀਂ ਪਹਿਲੀ ਪਗੜੀ ਚੋਰੀ ਪਾ ਲਿਆ ਜੀ।